होले महल्ले दे दौरान निहंग सिंह बाणे दे विच इक NRI प्रदीप सिंह नामी व्यक्ति दा कतल हो गया। श्री आनंदपुर साहिब पुलिस दे वल्लों नूरपुर बेदी दे पिंड नलहोटी रहण वाले एक नौजवान सतवीर सिंह ते मामला दर्ज किया गया सी ते उस दे नाल कुछ पिंड दे ही होर नौजवान नामजद किए गए, जिसनू लै के उस आरोपी नौजवान दे पिंड वासी कैमरे दे सामने आए ते उन्हां ने कहा कि जिस ते आरोप लगाए जा रहे ने ओह काफी शरीफ परिवार दा है, जबकि उन्हां दा लड़का गंभीर फट्टड़ भी है अते PGI दाखल है। PGI चंडीगढ़ विखे दाखिल नामजद किए गए लाडी की पत्नी ने लाइव आके कहा सी कि इस दे ता हाथ वड दिते गए ने, किवे ए किसे दा कतल कर सकदा है। उधर पिंड दे विच सहम दा माहौल है ते जेड़े होर नौजवान भी पुलिस दे वल्लों नामजद किए गए ने ओ पिंड दे ही रहण वाले ने अते सारे आपस दे विच चाचे ताया दे लड़के ने। ਸਾਹ ਵਾਹਿਗੁਰੂ ਜੀ ਫਤਿਹ। ਆਪਾਂ ਲਾਗਲੇ ਪਿੰਡ ਕਲਮਾ ਤੋਂ ਆਏ ਹੋਏ ਆ। ਜਿਹੜੇ ਇਹ ਮੁੰਡੇ ਦਾ ਦੱਸਦੇ ਆ ਪ੍ਰਦੀਪ ਨੋਟੀ ਪਿੰਡ ਦਾ ਮੁੰਡਾ, ਜੋ ਇਹਨਾਂ ਦਾ ਅੱਜ ਤੱਕ ਕੋਈ ਵੀ ਇੱਦਾਂ ਦਾ ਕੋਈ ਸ਼ਰੀਫ ਬਹੁਤ ਜ਼ਿਆਦਾ ਸ਼ਰੀਫ ਮੁੰਡੇ ਆ, ਕੋਈ ਵੀ ਇਸ ਤਰ੍ਹਾਂ ਦਾ ਇਹਨਾਂ ਦਾ ਕਾਨੂੰਨੀ ਕੋਈ ਵੀ ਚੈੱਕ ਕਰ ਲਓ, ਕੋਈ ਵੀ ਇੱਦਾਂ ਦਾ ਬੈਕਗ੍ਰਾਊਂਡ ਨਹੀਂ, ਕੋਈ ਨਸ਼ਾ ਪੱਤਾ ਕੁਛ ਨਹੀਂ ਹੈਗਾ। ਇਹਦਾ ਸਿੰਪਲੀ ਇੱਕ ਆਪਣਾ ਮੱਥਾ ਟੇਕਣ ਜਾਂਦੇ ਆ, ਹਰੇਕ ਸਾਲ ਜਾਂਦੇ ਨੇ, ਸੇਵਾ ਨੂੰ ਵੀ ਜਾਂਦੇ ਨੇ, ਮੁੰਡੇ ਕੰਮ ਕਰਦੇ ਨੇ, ਆਪਣਾ ਮਿਹਨਤ ਕਰਦੇ ਨੇ। ਇੱਕ ਸਾਲ ਦਾ ਬੱਚਾ ਇਹਨਾਂ ਦਾ ਅਤੇ ਜਿਹੜੇ ਨਿਹੰਗ ਸਿੰਘ 3-4 ਦਿਨ ਤੋਂ ਉੱਥੇ ਜੋ ਵੀ ਯਾਤਰੂ ਜਾਂਦਾ ਸੀ ਕਿਰਪਾਨਾਂ ਨਾਲ ਵਾਰ ਕਰਦਾ ਸੀ, ਕਦੇ ਕੋਈ ਵਰਸ਼ ਨਾਲ ਵਾਰ ਕਰਦਾ ਸੀ, ਇਸ ਤਰ੍ਹਾਂ ਹੀ ਇਹਨਾਂ ਦੇ ਵਰਵਾਰ ਕੀਤਾ। ਹੱਥ ਵੱਢਿਆ ਗਿਆ ਨਾਲ ਅਤੇ ਦੋਨੇ ਹੱਥਾਂ ਦੇ ਸੱਟਾਂ 'ਤੇ, ਹੱਥ ਵੱਢੇ ਅਤੇ ਪੈਰ 'ਤੇ ਸੱਟਾਂ ਲੱਗੀਆਂ ਹੈ। ਅਤੇ ਉਸ ਟਾਈਮ ਜਦੋਂ ਲੜਾਈ ਝਗੜਾ ਹੋਇਆ, ਉਹ ਕੋਈ ਉਹਦੇ ਨਾਲ ਦਾ ਵੀ ਹੋ ਸਕਦਾ ਜਿਹੜਾ ਵੀ ਇਹ ਕੰਮ ਕਰ ਗਿਆ, ਕੋਈ ਫਾਇਦਾ ਚੁੱਕ ਗਿਆ ਉਸ ਲੜਾਈ ਦਾ। ਇੱਕ ਨਿਰਪੱਖਤਾ ਦੇ ਨਾਲ ਜਾਂਚ ਕੀਤੀ ਜਾਵੇ, ਜੋ ਇਨਸਾਫ਼ ਹੈ ਉਹ ਇਹਨਾਂ ਨੂੰ ਵੀ ਮਿਲਣਾ ਚਾਹੀਦਾ, ਉਹਨਾਂ ਨੂੰ ਵੀ ਮਿਲਣਾ ਚਾਹੀਦਾ। ਸੀਗਾ ਇਹਨਾਂ ਦਾ ਬਿਲਕੁਲ ਪਿੰਡ ਦੇ, ਸਾਡੇ ਪਿੰਡ 'ਚ ਕੀ ਆਲੇ ਦੁਆਲੇ ਦੇ 10-20 ਪਿੰਡਾਂ ਦੇ ਵਿੱਚ ਬਹੁਤ ਵਧੀਆ, ਸਾਰੇ ਪਿੰਡਾਂ ਹਰ ਇੱਕ ਨਾਲ ਮਿਲਣ ਅਨੁਸਾਰ ਵਾਲੇ ਬੱਚੇ ਹੈ। ਬਿਲਕੁਲ ਛੋਟੇ ਛੋਟੇ ਬੱਚੇ ਪੁਲਿਸ ਨੇ ਇਹਦੇ ਕੇਸ ਦੇ ਵਿੱਚ ਕਰ ਦਿੱਤੇ। ਇੱਕ ਬਿਲਕੁਲ 16-17 ਸਾਲ ਦਾ ਬੱਚਾ, ਕੁੜੀ ਦਾ ਵਿਆਹ ਰੱਖਿਆ, 3-4 ਦਿਨ ਰਹਿ ਗਏ ਜੀ। ਬਿਲਕੁਲ ਮਤਲਬ ਕੋਈ ਵੀ ਵੀਡੀਓ ਨਹੀਂ ਆਉਂਦੀ, ਕੋਈ ਕੁਛ ਨਹੀਂ ਆਉਂਦੀ। ਜਿਹੜਾ ਕੋਈ ਨਾਲ ਮਾੜਾ ਮੋਟਾ ਫੋਨ ਕਰਦਾ, ਜਿੱਦਾਂ ਨਾਲ ਕੋਈ ਕਿਸੇ ਦੇ ਗਿਆ, ਬਿਲਕੁਲ ਪੁਲਿਸ ਉਹਨਾਂ ਨੂੰ ਕੇਸ ਦੇ ਵਿੱਚ ਸ਼ਾਮਿਲ ਕਰਕੇ ਤੰਗ ਪਰੇਸ਼ਾਨ ਕਰ ਰਹੀ ਹੈ ਜੀ। ਇੱਕ ਪਰਿਵਾਰ ਦਾ 5-4 ਦਿਨ ਰਹਿ ਗਏ ਜੀ ਵਿਆਹ ਲਈ, ਬਿਲਕੁਲ ਘਰ ਖੇਰੂ ਖੇਰੂ ਹੋਇਆ ਪਿਆ ਜੀ। ਪਿੰਡ ਦੇ ਮਾਹੌਲ ਕਿੱਦਾਂ ਦਾ? ਪਿੰਡ ਦਾ ਮਾਹੌਲ ਬਹੁਤ ਸਹਿਮੇ ਹੋਏ ਆ, ਸਾਰੇ ਬੱਚੇ ਸਹਿਮੇ ਹੋਏ ਆ ਜੀ। ਰਿਸ਼ਤੇਦਾਰ ਵੀ ਆਉਣ ਜਾਣ ਤੋਂ, ਕਿਤੇ ਵੀ ਬੰਦਾ ਕੋਈ ਬਾਹਰ ਨਹੀਂ ਜਾ ਰਿਹਾ, ਮਤਲਬ ਪਸ਼ੂ ਵੀ ਭੁੱਖੇ ਪਾਣੇ ਆ ਜੀ। ਜੋ ਇਹਦੀ ਛਾਣਬੀਣ ਬਿਲਕੁਲ ਸਹੀ ਤਰੀਕੇ ਨਾਲ ਹੋਣੀ ਚਾਹੀਦੀ, ਤਾਂ ਜੋ ਜਿਹੜੇ ਨਿਰਦੋਸ਼ ਬੱਚੇ ਆ ਕਿਸੇ ਪਰ ਕੋਈ ਗਲਤ ਆਂਚ ਨਾ ਹੋਵੇ। ਇਸੇ ਦਿਨ ਹੀ ਹੋਲਾ ਮਹੱਲਾ ਦੇ ਦੌਰਾਨ ਇੱਕ ਮੰਦਭਾਗੀ ਘਟਨਾ ਵਾਪਰੀ, ਜਿਸ ਵਿੱਚ ਪ੍ਰਦੀਪ ਸਿੰਘ ਜੋ ਕਿ ਕੈਨੇਡਾ ਦਾ PRC ਦਾ ਕਤਲ ਹੋ ਗਿਆ ਸੀ, ਉਸ ਮੁਤਾਬਕ ਵੀ ਕਤਲ ਦਾ ਕਾਰਨ ਆਪਸੀ ਤਕਰਾਰਬਾਜ਼ੀ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨ ਆਪਣੀ ਜੀਪ ਦੇ ਵਿੱਚ ਉੱਚੀ ਗਾਣੇ ਲਾ ਕੇ ਜਾ ਰਹੇ ਸਨ ਕਿ ਪ੍ਰਦੀਪ ਸਿੰਘ ਨੇ ਉਨ੍ਹਾਂ ਨੂੰ ਰੋਕਿਆ ਤੇ ਆਪਸੀ ਤਕਰਾਰਬਾਜ਼ੀ ਖੂਨੀ ਝੜਪ ਦੇ ਵਿੱਚ ਬਦਲ ਗਈ ਤੇ ਪ੍ਰਦੀਪ ਸਿੰਘ ਦਾ ਕਤਲ ਹੋ ਗਿਆ। ਹੁਣ ਇਸ ਘਟਨਾ ਤੋਂ ਬਾਅਦ ਜੋ ਇਸ ਕਤਲ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ ਉਹ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਦੇ ਪਿੰਡ ਦੇ ਰਹਿਣ ਵਾਲੇ ਨੇ ਤੇ ਹੁਣ ਨਾਮਜ਼ਦ ਕੀਤੇ ਗਏ ਨੌਜਵਾਨਾਂ ਦੇ ਪਿੰਡ ਵਾਸੀ ਵੀ ਸਾਹਮਣੇ ਆਏ ਨੇ, ਜਿਨ੍ਹਾਂ ਨੇ ਆਪਣੇ ਪਿੰਡ ਦੇ ਨੌਜਵਾਨਾਂ ਦਾ ਪੱਖ ਰੱਖਦੇ ਹੋਏ ਕਿਹਾ ਕਿ ਇਹ ਨੌਜਵਾਨ ਬਹੁਤ ਹੀ ਸ਼ਰੀਫ ਨੇ, ਇਹਨਾਂ ਦਾ ਕੋਈ ਦੋਸ਼ ਨਹੀਂ ਹੈ, ਇਹਨਾਂ ਨੂੰ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਤੇ ਆਪਾਂ ਇਹ ਕਹਾਂਗੇ ਜੀ, ਜਿਹੜੇ ਪਿਛਲੇ 2-3 ਸਾਲ ਤੋਂ ਇਹ ਹਾਲਾਤ ਵਿਗੜਦੇ ਆ ਰਹੇ ਆ, ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਵੀ ਨਲੇਕੀ ਹੈ। ਕਿਉਂਕਿ ਜਦੋਂ ਮੇਲੇ ਦੇ ਵਿੱਚ ਕਹਿੰਦੇ ਵੀ 3500-3600 ਬੰਦਾ ਲਾਇਆ ਬਾਈ, ਇਹ ਕਿਹਾ ਉੱਥੇ ਉਸ ਏਰੀਏ ਦੇ ਵਿੱਚ 10-15-50 ਬੰਦੇ ਨਾ ਲੱਗ ਸਕਦੇ ਪੁਲਿਸ ਦੇ। ਇਸ ਕਰਕੇ ਅੱਜ ਤਾਂ ਇਹੀ ਕਹਿੰਦੇ ਵੀ ਜੇ ਅਗਰ ਸਾਡੇ ਬੰਦੇ ਨੇ ਕੀਤਾ ਤਾਂ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਅਸੀਂ ਜਿਹੜਾ ਪਿਛਲੇ 3 ਸਾਲਾਂ ਤੋਂ ਉੱਥੇ ਹੜਦੰਗਬਾਜ਼ੀ ਹੋ ਰਹੀ ਹੈ, ਕੋਈ ਰੇਸਾਂ ਲਾਉਂਦਾ ਟਰੈਕਟਰਾਂ ਦੀਆਂ, ਕੋਈ ਪਟਾਕੇ ਵਜਾਉਂਦਾ, ਉਹਦੇ ਪਰ ਪੁਲਿਸ ਪ੍ਰਸ਼ਾਸਨ ਨੂੰ ਕਾਬੂ ਕਰਨਾ ਚਾਹੀਦਾ। ਇੱਦਾਂ ਦੇ ਹਾਲਾਤ ਹੈ ਫਿਰ ਅੱਗੇ ਵਾਹਤਾ ਜ਼ਿਆਦਾ ਤੋਂ ਜ਼ਿਆਦਾ ਹੋਣੇ ਜੀ। ਸਾਡੇ ਜੀ ਮੁੰਡੇ ਜਿੱਦਾਂ ਅਣਭੋਣ ਪੁਣੇ 'ਚ ਜਾਇਆ ਕਰਦੇ ਤੇ ਜੀ ਸਿੱਧੇ ਜੀ, ਇੰਨੀ ਨਿਹੰਗ ਸਿੰਘਾਂ ਨੇ ਆ ਕੇ ਜਾਣੀ ਕਿ ਦੇਖਿਆ ਕੁਛ ਨਹੀਂ ਹੈ ਜੀ, ਨਾ ਮੁੰਡੇ ਨੂੰ ਸਾਡੇ ਨੂੰ ਪਤਾ ਵੀ ਮੋਹਰਾ ਕਿਆ ਹੋਇਆ ਕਰਦਾ ਕਿਆ ਨਹੀਂ ਹੋਇਆ ਕਰਦਾ। ਇਹਨੀ ਆ ਕੇ ਵਰਛੇ ਮਾਰਨ ਲੱਪੇ, ਕਿਰਪਾਨਾਂ ਮਾਰਨ ਲੱਪੇ ਜੀ, ਮੁੰਡਾ ਉੱਤਰ ਕੇ ਪੁੱਛਣ ਲੱਪੇ ਵੀ ਕਿਆ ਗੱਲ ਹੋਈ, ਅਤੇ ਮੁੰਡੇ ਨੂੰ ਉਹਨੂੰ ਗੁੱਟੀ 'ਤੇ ਫੜ ਕੇ ਜੀ ਥੱਲੇ ਦੱਬ ਲਿਆ ਜੀ ਨਿਹੰਗ ਸਿੰਘ ਨੇ ਜੀ, ਅਤੇ ਜਦੋਂ ਹੱਥ ਹੁੱਥ ਵੱਢ ਦਿੱਤੇ ਜੀ ਦੋਨੇ ਜੀ, ਫਿਰ ਬਾਅਦ 'ਚੋਂ ਜੱਫੀਆਂ ਪਾਉਣ ਲੱਪੇ ਵੀ ਮੇਰੇ 'ਤੇ ਗਲਤੀ ਹੋ ਗਈ ਯਾਰ, ਇੱਦਾਂ ਨਹੀਂ ਇੱਦਾਂ। ਫਿਰ ਪਤਾ ਨਹੀਂ ਪਿੱਛੋਂ ਆ ਕੇ ਹੋਰ ਮੁੰਡੇ ਹੁੱਲੜਬਾਜ਼ੀ ਵਾਲੇ, ਉਹਨੇ ਚੱਕ ਕੇ ਉਹ ਕਰ ਦਿੱਤਾ ਜੀ। ਸਾਡੇ ਮੁੰਡਿਆਂ ਨੇ ਬੱਚਾ ਬੱਚਾ ਗਵਾ ਗਿਆ ਜੀ, ਹਰੀਪੁਰ ਪਲਾਟੇ ਅਤੇ ਕਲਮਾਂ ਤੋਂ ਸਾਰੇ ਪਿੰਚ ਸਰਪੰਚ ਆਏ ਵੀ ਜੀ, ਵੀ ਪੁੱਛ ਲਓ ਇਹਨਾਂ 'ਤੇ ਕਦੇ ਸਾਡੇ ਮੁੰਡਿਆਂ ਨੇ ਕਦੇ ਕੁੱਤੇ ਦਾ ਵੀ ਡੰਡਾ ਮਾਰਿਆ ਹੋਵੇ ਜੀ। ਬੱਚਾ ਬੱਚਾ ਗਵਾਹ ਹੈ ਜੀ, ਬੱਚੇ ਬੱਚੇ ਸਾਰੇ ਦੁੱਖ ਮਨਾਇਆ ਕਰਦੇ ਵੀ ਸਾਡੇ ਤਾਂ ਇੱਦਾਂ ਦੇ ਬੰਦੇ ਹੈ ਨਾ, ਅਤੇ ਜੀ ਸਾਰੇ ਪਿੰਚ ਸਰਪੰਚ ਵੀ ਆਏ ਵੇ ਨਾਲ ਦੇ ਪਿੰਡਾਂ 'ਚੋਂ ਜੀ।
इंसाफ मिलना चाहिए जी। साडे सिखां ने सानू निहंग सिंघां ने सानू सिखी नहीं जी समझिया, असी भी बाणी नूं प्यार करदे जी, असी भी कितें धरना लगदा असी उत्थे भी पुजदे। साडे मुंडे दो तीन 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 महीने दिल्ली धरने ते भी रहे, तलवाड़ा साहब ने भी बयान दे दिता, साडे सिखां ने सानू सिख नहीं जी समझिया जो है ते शुद्ध नाम रखते चज दा विचार उन्हें भी जाने के जा उन्होंने गल का ही नहीं पता जा गल सच्ची का ही नहीं पता भी वह झूठे बयान अपने फेम खट्टण दी खातर उन्हें अपना वो करिया करते जी सोशल मीडिया से भी सानू फेम मिल जाए अपनी ही नहीं जिदा मुंडे कुट कुट के ही नहीं मुंडे की वो स्पलेंडर मोटरसाइकिल उपर है उन्हें कोई उदा की वारदात नहीं की इन मुंडे का अखा मीट गया असं एदा मैसन नहीं कुटते झोटे नहीं कुटते जिदा इन कृपाना वह मुंडे ने मारियाँ अक्सर वो माँ को भी उन्ना दुख लगता जिन्ना क्योंकि इनकी माँ को दुख लगे जी अक्सर वह भी माँ का पुत है वह बैटरी नाल तो चलता ना तो साडा मुंडा इन हजार मुंडे कुटे हजार बुलट तोड़े जी इन्हें। दूसरे पासे नामजद किए गए नौजवान की पत्नी ने भी लाइव आके अपने पति के हालात दिखाए। इस तरीके दे नाल ओ बेहद गंभीर रूप दे विच जख्मी पीजीआई दे विच जेरे इलाज है। पत्नी दा ये भी कहना है कि उसके दोनों हाथ फ्रैक्चर ने ते ओ किस तरह किसी का कतल कर सकता है। आरोपी नौजवान दे पिंड वासी हुण अगे वधे ने ते उन्हां ने कहा है कि बेहद शरीफ मुंडे ने जिन्हां दे उत्ते ए सारे दोष लगाए जा रहे ने। उन्हां ने कहा है कि पुलिस प्रशासन दे वल्लों इस दी पूरी पड़ताल करनी चाहीदी है, जांच दे विच ही सामने आवे कि आखिर उत्थे हालात किहो जे बने ते किन्हां दे वल्लों ए सारी जिहड़ा आ कारनामा कीता गया है। दैनिक सवेरा दे लई बिमल सैनी दी रिपोर्ट।